ਉਹ ਮਹਿੰਗਲ ਸਿੰਘ ਇੱਥੇ ਬਈ, ਸੱਦੋ ਉਹਨੂੰ। ਹੁਣ ਤਾਂ ਸਾਰੇ ਸਿਆਣੇ ਬੰਦੇ ਆ ਗਏ, ਕੋਈ ਗੱਲ ਬਸਰੇ ਲੱਗੇ। ਇੱਥੇ ਅੰਦਰੀਆ ਸਭਾ ਚ ਸੱਦਦਾ ਉਹਨੂੰ ਕਿੱਥੇ? ਆਹੋ ਭਾਈ ਸੁਣ ਸਿਆ, ਆ ਭਜਾ ਖਾਂ ਇਹਨਾਂ ਬੱਚਿਆਂ ਨੂੰ, ਇੱਥੇ ਕੰਨ ਭਾਈ ਨਹੀਂ ਸੁਣ ਦਿੰਦੇ। ਇਹਨਾਂ ਦਾ ਇੱਥੇ ਕੀ ਕੰਮ ਹੈ? ਓਏ ਜਵਾਕੋ, ਭੱਜੋ ਇੱਥੋਂ, ਚਲੋ। ਓਏ ਚਲੋ ਭੱਜੋ ਇੱਥੋਂ। ਓਏ ਤੂੰ ਕਿੱਧਰ ਭੱਜਣਾ? ਓਏ ਤੇਰੀ ਦਾਦੀ ਨੂੰ ਲੈ ਜਾ ਮੇਲੇ। ਮਹਿੰਗਲ ਦਿਆਲੇ ਤੇ ਪਾਲੇ ਦਾ ਵਿਚਕਾਰਲਾ ਭਰਾ ਹੈ ਜੋ ਛੜਾ ਰਹਿ ਗਿਆ। ਮਹਿੰਗਲ ਦਾ ਵੱਡਾ ਭਰਾ ਦਿਆਲਾ ਤਾਂ ਬਿਨਾਂ ਕਿਸੇ ਨਸ ਭੱਜ ਤੋਂ ਵਿਆਹਿਆ ਗਿਆ ਸੀ। ਉਹਨਾਂ ਦਿਨਾਂ ਵਿੱਚ ਮਸਤਾਨ ਸਿੰਘ ਦੀ ਵਾਹੀ ਵਧੀਆ ਚੱਲਦੀ ਸੀ। ਢੱਠਿਆਂ ਵਰਗੇ ਨਗੌਰੀ ਬਲਦ ਉਹਦੇ ਹਾਲ ਅੱਗੇ ਜੁੜਦੇ ਸਨ। ਤਿੰਨੇ ਮੁੰਡੇ ਕੰਮ ਵਿੱਚ ਉਹਦੇ ਨਾਲ ਹੱਥ ਪਵਾਉਣ ਲੱਗ ਪਏ ਸਨ। ਕਿਸਾਨ ਦੇ ਆਪਣੇ ਘਰ ਦੇ ਚਾਰ ਬੰਦੇ ਖੇਤ ਜਾਣ ਵਾਲੇ ਹੋਣ, ਉਹ ਕੀ ਤੋਂ ਲਿਆ ਜਾਂਦਾ ਹੈ? ਆਦਮੀ ਵੀ ਉਹ ਨੇਕ ਨਾਮ ਸੀ। ਪਰ ਇਸ ਸਭ ਕੁਝ ਦੇ ਬਾਵਜੂਦ ਗੱਲ ਮਹਿੰਗਲ ਉੱਤੇ ਆ ਕੇ ਅੜ ਗਈ। ਮਹਿੰਗਲ ਦੇ ਸੁੱਕੜ ਜਿਹੇ ਚਿਹਰੇ ਉੱਤੇ ਮਾਤਾ ਦੇ ਦਾਗ ਕਿਸੇ ਧੀ ਵਾਲੇ ਦਾ ਮਨ ਖਲੋਣ ਨਾ ਦਿੰਦੇ। ਰਹਿੰਦੀ ਕਸਰ ਉਹਦੀ ਪੱਗ ਦਾ ਛੇਕੜਲਾ ਲੜ ਪੂਰੀ ਕਰ ਦਿੰਦਾ। ਕਰੂਪ ਹੋਣ ਦੇ ਨਾਲ ਨਾਲ ਉਹ ਜੱਬਲ ਜਿਹਾ ਵੀ ਲੱਗਦਾ। ਵਿਚੋਲਿਆਂ ਦਾ ਲਿਆਂਦਾ ਜੇ ਕੋਈ ਕੁੜੀ ਵਾਲਾ ਮਹਿੰਗਲ ਨੂੰ ਦੇਖਣ ਆਉਂਦਾ ਵੀ, ਉਹ ਤੁਰਨ ਲੱਗਿਆਂ ਮਸਤਾਨ ਸਿੰਘ ਦੇ ਕੰਨ ਵਿੱਚ ਹੌਲੇ ਜਿਹੇ ਆਖ ਜਾਂਦਾ।
ਛੋਟੇ ਨੂੰ ਰਿਸ਼ਤਾ ਤਾਂ ਜਦ ਮਰਜ਼ੀ ਲੈ ਲਓ, ਵੱਡਾ ਤਾਂ ਰਿਸ਼ਤੇ। ਕਈ ਸਾਲ ਮਸਤਾਨ ਸਿੰਘ ਅਤੇ ਕਿਸ਼ਨੋ ਮੈਂਗਲ ਨੂੰ ਵਿਆਹੁਣ ਲਈ ਹੱਥ ਪੈਰ ਮਾਰਦੇ ਰਹੇ। ਕਿਸ਼ਨੋ ਪਿੰਡ ਦੀਆਂ ਸਾਕ ਕਰਵਾਉਣ ਵਾਲੀਆਂ ਮਸ਼ਹੂਰ ਜਨਾਨੀਆਂ ਦੇ ਘਰੀਂ ਦੂਜੇ ਚੌਥੇ ਦਿਨ ਗੇੜੇ ਮਾਰਦੀ ਰਹਿੰਦੀ। ਮੈਂ ਤਾਂ ਤੇਰਾ ਭੈਣੇ ਸਾਰੀ ਜ਼ਿੰਦਗੀ ਨਹੀਂ ਸਾਂਹ ਦੇ ਸਕਦੀ। ਇੱਕ ਵਾਰੀ ਮੁੰਡੇ ਦੀ ਰੋਟੀ ਪੱਕਦੀ ਹੋ ਜੇ, ਇਹਦੀ ਬਹੂ ਘਰ ਆ ਜੇ, ਉੱਠਦੀ ਪੈਂਦੀ ਤੇਰੇ ਗੁਣ ਗਾਉਂ ਭੈਣੇ। ਮੈਂ ਤਾਂ ਤੇਰਾ ਕੱਚੇ ਧਾਗੇ ਪਾਣੀ ਭਰੂੰ, ਸਾਰੀ ਉਮਰ ਮੈਂ ਤੇਰਾ ਸਾਂਹ ਨਹੀਂ ਦੇ ਸਕਦੀ। ਪਰ ਰੱਬ ਜਾਣੇ ਮਸਤਾਨ ਸਿੰਘ ਅਤੇ ਕਿਸ਼ਨੋ ਦੀ ਕਿਸਮਤ ਵਿੱਚ ਕੋਈ ਫਰਕ ਸੀ ਜਾਂ ਮੈਂਗਲ ਦੀ ਕਿਸਮਤ ਵਿੱਚ, ਕਿਤੇ ਵੀ ਕੋਈ ਚਾਰਾ ਨਾ ਚੱਲਿਆ। ਅਖੀਰ ਇਹ ਸੋਚ ਕੇ ਕਿ ਇਹਨੂੰ ਵਿਆਹੁੰਦੇ ਵਿਆਹੁੰਦੇ ਕਿਤੇ ਛੋਟਾ ਵੀ ਨਾ ਖੁੰਝ ਜਾਵੇ, ਉਹਨਾਂ ਨੇ ਪਾਲੇ ਦਾ ਵਿਆਹ ਕਰ ਦਿੱਤਾ। ਮਸਤਾਨ ਸਿੰਘ ਦੇ ਮਰਨ ਮਗਰੋਂ ਇਕੱਲੀ ਕਿਸ਼ਨੋ ਤਰਲੇ ਲੈਂਦੀ ਰਹੀ। ਹੁਣ ਤਾਂ ਉਹ ਜੱਟਾਂ ਵਾਲੀ ਟੈਂ ਨੂੰ ਲਾਂਭੇ ਛੱਡ ਕੇ ਬਹੁਤ ਹੇਠਾਂ ਉੱਤਰ ਆਈ ਸੀ। ਹੁਣ ਤਾਂ ਉਹ ਸੋਚਦੀ ਕਿਤੋਂ ਕੋਈ ਮੁੱਲ ਦੀ ਤੀਵੀਂ ਦੀ ਹੀ ਗੱਲ ਬਣ ਜਾਵੇ, ਪਰ ਜੇ ਕੋਈ ਗੱਲ ਕਿਤੇ ਤੁਰਦੀ ਵੀ ਪਤਾ ਨਹੀਂ ਕੌਣ ਭਾਨੀ ਬਾਹਰ ਆਉਂਦਾ। ਗੱਲ ਬਣਦੀ ਬਣਦੀ ਉਹ ਰਹਿ ਜਾਂਦੀ। ਮੇਰੇ ਭਾਗ ਮਾੜੇ ਨਾਲੇ ਇਸ ਚੰਦਰੇ ਦੇ, ਇਸੇ ਕੁੱਖੋਂ ਪੈਦਾ ਕਰਕੇ ਇਹਨੂੰ ਕਰਮਾਂ ਤੋਂ ਹੀਣਾ ਕਿਉਂ ਰੱਖਿਆ ਡਾਢਿਆ ਰੱਬਾ। ਓਏ ਐਵੇਂ ਨਾ ਹੱਥ ਨੂੰ ਕੀਰ ਨੇ ਜੇ ਪਾਈ ਜਾ ਕਰ ਬੇਬੇ, ਮੈਨੂੰ ਨੀ ਲੋੜ ਤੇਰੇ ਲਿਆਂਦੇ ਹੋਏ ਡੋਲਿਆਂ ਦੀ। ਵੇ ਨਕਰਮੇ ਆ, ਦੋ ਬੁਰਕੀਆਂ ਦੀ ਖਾਤਰ ਲੋਕਾਂ ਦੇ ਹੱਥਾਂ ਨੀ ਚੱਕੇਗਾ, ਕਿਸੇ ਨੇ ਨੀ ਪੁੱਛਣਾ ਤੈਨੂੰ ਪੁੱਤ। ਭੈਣਿਆ ਮੈਂਗਲ ਸਿਆਂ, ਆ ਭੱਜਣ ਵਾਲੇ ਅੰਗੂ ਤੂੰ ਬਾਹੀ 'ਤੇ ਕਿਉਂ ਬੈਠਾ ਗਾ? ਸੂਹ ਧੋ ਕੇ ਬੈਠ ਭੈੜਿਆ। ਭਾਈਆਂ ਵਿੱਚ ਤੂੰ ਬਰਾਬਰ ਦਾ ਭਾਈ ਹੈ ਭਾਈ, ਬਰਾਬਰ ਦੀ ਢੇਰੀ ਦਾ ਮਾਲਕ। ਬਰਾਬਰੀ ਵਿੱਚ ਕੋਈ ਝੂਠ ਤਾਂ ਨਹੀਂ ਬਾਬਾ ਜੀ? ਉਸੇ ਮਾਂ ਦੇ ਪੇਟੋਂ ਜੰਮੇ ਜਿਹਦੇ ਤੋਂ ਦੂਜੇ ਜੰਮੇ। ਕੁੜੀਓ ਚੁੱਪ ਕਰ ਜਾਓ ਭਾਈ, ਬੰਦਿਆਂ ਨੂੰ ਗੱਲ ਕਰਨ ਦਿਓ। ਇਹ ਤੂੰ ਵਿੱਚ ਜਾ ਕੇ ਕਾਹਤੋਂ ਮਗਜੌਲੀ ਮਾਰਦੀ ਆ ਵੱਡੀ ਪੰਚਾਇਤਣ? ਪੰਚਾਇਤ ਵਿੱਚ ਪਰਮੇਸ਼ਰ ਹੁੰਦਾ, ਜੋ ਫੈਸਲਾ ਪੰਚ ਕਰਨਗੇ ਦੁੱਧੋ ਪਾਣੀ ਨਤਾਰ ਕੇ ਕਰਨਗੇ। ਨਹੀਂ ਤੂੰ ਕਾਹਤੋਂ ਪੁਰਖਾਂ 'ਚ ਬੋਲਦੀ ਆ? ਨਾ ਮੈਂ ਕਾਹਤੋਂ ਬੋਲਦੀ ਆ, ਇਹ ਤਾਂ ਅਮਲੀ ਬੁੜਾ ਚੱਕਵੀਂ ਗੱਲ ਕਰਦਾ ਸੀ। ਵੱਡੇ ਭਾਈ ਜੀ ਦੀ ਬਰਾਬਰੀ ਤਾਂ ਕੋਈ ਇਨਕਾਰ ਕਰਦਾ? ਬਰਾਬਰਾਂ ਨਾਲੋਂ ਵੱਧ ਇਸ ਘਰ 'ਚ। ਜਿੰਨਾ ਚਿਰ ਕਿਸ਼ਨੋ ਬੈਠੀ ਰਹੀ, ਸਾਂਝਾ ਕਰ ਕਿਵੇਂ ਨਾ ਕਿਵੇਂ ਤੁਰਦਾ ਰਿਹਾ, ਪਰ ਕਿਸ਼ਨੋ ਦੇ ਅੱਖਾਂ ਮੀਟਦਿਆਂ ਹੀ ਸਭ ਕੁਝ ਖਿੰਡ ਪੁੰਡ ਗਿਆ। ਮਹਿੰਦਰੋ ਸਮਝਦੀ ਸੀ ਕਿ ਦਿਆਲੇ ਦੀ ਔਲਾਦ ਵੱਡੀ ਹੋ ਰਹੀ ਹੈ, ਭਲਕੇ ਜੇਠੀ ਕੁੜੀ ਦਾ ਵਿਆਹ ਵੀ ਕਰਨਾ ਹੋਊਗਾ, ਉਹ ਸਾਂਝੇ ਘਰ ਵਿੱਚੋਂ ਕਿਉਂ ਹੋਵੇ? ਉਹਦੇ ਆਪਣੇ ਬੱਚਿਆਂ ਦੇ ਜਵਾਨ ਹੋ ਕੇ ਵਿਆਹੇ ਜਾਣ ਤੱਕ ਤਾਂ ਘਰ ਦੀ ਸਾਂਝ ਨਿਭ ਨਹੀਂ ਸਕਦੀ। ਤੂੰ ਤਾਂ ਜਮੇ ਬੁੱਧੂ ਹੈ, ਬੰਦਾ ਤਾਂ ਉਹੀ ਹੁੰਦਾ ਜਿਹੜਾ ਭਲਕੇ ਦੀ ਸੋਚੇ। ਕੰਮ 'ਚ ਹੱਟ ਤਾਂ ਆਪਾਂ ਦੋਵੇਂ ਬਰਾਬਰ ਦੇ ਤੜਾਉਣੇ ਆ, ਪਰ ਟੱਬਰ ਕਿਹਦਾ ਪਲ ਰਿਹਾ? ਗੁਰਨਾਮੋ ਦਾ। ਹੋਰ 2-4 ਸਾਲਾਂ ਨੂੰ ਇਹਦੀ ਸੀਤ ਉਹਨੇ ਵਿਆਹੁਣ ਜੋਗੀ ਹੋ ਜਾਣਾ, ਖਰਚ ਤਾਂ ਸਾਂਝੇ ਘਰ 'ਚ ਹੀ ਹੋਊ। ਆਪਣੇ ਗੁਰਜੰਟ ਵੇਲੇ ਨੂੰ ਤੈਨੇ ਆਪਣੇ ਸਾਰੇ ਜਵਾਬ ਵਿਆਹ ਲੈਣੇ ਨੇ। ਮੈਂਗਲਾ, ਕਿਤੇ ਉਹੀਓ ਤਾਂ ਨਹੀਂ ਢੱਕਾਂ ਤੜਵਾਈ ਜਾਂਦਾ? ਰਜਾਈਆਂ ਰੋਟੀ ਟੁੱਕ ਦਿੰਦੀਆਂ ਨੇ ਵਧੀਆ, ਸੇਵਾ ਕਰਦੀਆਂ ਨੇ ਕਿ ਨਹੀਂ?
ਸੀ ਤੋਂ ਆ ਗਈ। ਭਾਈ ਜੀ ਕਮਲਾ ਹੋ ਗਏ, ਹੁਣੇ ਕੋਈ ਬਾਹਰੋਂ ਆ ਜਾਂਦਾ ਤਾਂ ਕੀ ਬਣਦਾ। ਭਾਈ ਜੀ ਆ ਪਾਸੇ ਕਰਵਾ ਕੇ ਜਾਇਓ। ਖੈਰ ਭਾਈ ਜੀ ਮੈਂ ਲੱਗਦੀ ਹਾਂ ਤੁਹਾਡੇ ਨਾਲ, ਬੋਰੀ ਬਾਹਾਂ ਦੇ ਸਹਾਰੇ ਚੱਕੀ ਜਾਓ। ਤੇਰਾ ਭਰਾ ਆਉ ਤੇ ਪੁੱਛੂ ਇਹ ਐ ਕਿਉਂ ਬੈਠੇ, ਆਪੇ ਦੱਸਦੀ ਸਾਰੀ ਗੱਲ। ਕਾਮੜੀ ਨਾ ਬਣ, ਜੇ ਕਿਸੇ ਨੇ ਦੇਖ ਲਿਆ ਤਾਂ ਮੈਂ ਕੀ ਜਵਾਬ ਦੇਊਂਗਾ, ਮੈਂ ਤੇਰੇ ਪੈਰ ਫੜਦਾ। ਚੱਕ ਲੈ ਬੋਰੀ ਪਰੇ, ਰੋਟੀ ਟੁੱਕ ਨੂੰ ਆਪਣੇ ਤੋਂ ਕਿਹੜਾ ਭੱਜੀਆਂ ਵਿਚਾਰੀਆਂ ਜਥੇਦਾਰਾ, ਜਿਹੋ ਜਿਹਾ ਸਰਦਾ ਦੇ ਦਿੰਦੀਆਂ ਨੇ। ਚੱਲ ਪੁੱਤ। ਵਾਹ ਬਈ ਮੈਂਗਲ ਸੀਆਂ, ਖੁਸ਼ ਕੀਤਾ। ਪਾਕ ਨਹੀਂ ਹੁਣ ਰਹਿੰਦਾ ਬਾਬਾ ਜੀ, ਜਦੋਂ ਕਹਿ ਰਿਹਾ ਦੁੱਧ ਫਟ ਜੇ ਦੁਬਾਰਾ ਕਦੇ ਦੁੱਧ ਬਣੇ, ਬਾਕੀ ਤੁਸੀਂ ਆਪ ਸਿਆਣੇ ਹੋ। ਚੁੱਪ ਘਾਈ ਮਾਰਦੀਆਂ ਤੀਵੀਆਂ ਵਾਲੀ ਨਾ, ਮੇਰੀ ਅਗਲ ਚਾਹ ਗੱਲ ਨਹੀਂ ਪੈਂਦੀ ਕਿ ਅੱਡ ਹੋਣਾ ਕੋਈ ਮੇਣ ਹੈ। ਕੋਈ ਜੱਗੋ ਨਿਆਰੀ ਗੱਲ ਤੇ ਨਹੀਂ ਸਾਡੇ ਟੱਬਰ ਚ ਹੋਣ ਲੱਗੀ, ਸਾਰੀ ਦੁਨੀਆਂ ਹੀ ਅੱਡ ਹੁੰਦੀ ਆਈ ਆ। ਜੇ ਸੁੱਖ ਨਾਲ ਕੋਈ ਭਰਾ ਹੋਣਗੇ ਤਾਂ ਹੀ ਉਹ ਅੱਡ ਹੋਣਗੇ, ਫਿਰ ਏਕੇ ਦੀਆਂ ਥਪਾਕ ਦੀਆਂ ਸਮਝੌਤੀਆਂ ਦੀ ਕੀ ਲੋੜ ਹੈ। ਨੀ ਤੂੰ ਦੋ ਘੜੀਆਂ ਜਰਾਂਦ ਕਰ, ਲਾ ਲਈ ਚਾਹ ਅੱਡ ਹੋ ਕੇ। ਸਾਨੂੰ ਤਾਂ ਨਾ ਕੋਈ ਚਾਹ ਹੈ ਭੈਣੇ, ਨਾ ਕੋਈ ਫਸੋਸ ਆ, ਜਗ ਜਹਾਨ ਹੀ ਅੱਡ ਹੁੰਦਾ ਆ। ਸਾਡੇ ਹੁੰਦੇ ਤੇ ਕੀ ਹੋਇਆ। ਕਿਉਂ ਵੀ ਮੁੰਡੇ ਹੋ, ਜੇ ਤਿੰਨਾਂ ਦਾ ਏਕਾ ਨਹੀਂ ਰਹਿੰਦਾ ਫਿਰ ਕਰੀਏ ਵੰਡ ਭੰਡਾਰਾ। ਕਿਉਂ ਭਾਈ ਮੈਂਗਲ ਸਿਆਂ, ਦੱਸ ਤੇਰੀ ਕੀ ਰਾਇ ਹੈ। ਮੇਰੀ ਕਾਹਦੀ ਰਾਇ ਹੈ, ਜਿਵੇਂ ਪੰਚਾਇਤ ਫੈਸਲਾ ਕਰੂ ਮੈਨੂੰ ਮਨਜ਼ੂਰ ਆ। ਫਿਰ ਵੀ ਜੋ ਕੋਈ ਤੇਰੇ ਦਿਲ ਚ ਆਖਦੇ, ਪੰਚਾਇਤ ਰੱਬ ਦਾ ਰੂਪ ਹੁੰਦੀ ਹੈ। ਕਿਉਂ ਬਈ ਪੰਚਾਇਤੇ, ਕਿਉਂ ਭੋਲੀਆਂ ਬਾਤਾਂ ਕਰਦੇ ਹੋ, ਬਈ ਗੱਲ ਕਰੋ ਰਾਹ ਦੀ। ਉਹ ਢੇਰੀਆਂ ਪਾਓ ਤਿੰਨ, ਉਹ ਪਿੱਛੋਂ ਮੈਂਗਲ ਸਿੰਘ ਜਿਹੜਾ ਕੁਛ ਮਰਜ਼ੀ ਕਰੇ। ਭਾਈ ਗੱਲ ਤਾਂ ਵੀ ਸੁਣ ਸੀ, ਉਹਦੀ ਲੱਖ ਰੁਪਏ ਦੀ ਹੈ, ਨਤਾਰਾ ਕਰਕੇ ਰੱਖਤਾ ਕੇਰਾਂ ਤਾਂ, ਰਾਵਾਂ ਪੁੱਛਣ ਦਾ ਆਪਣਾ ਕੀ ਕੰਮ ਹੈ। ਤਿੰਨ ਹਿੱਸੇ ਕਰੋ, ਤਿੰਨ ਭਾਈ ਨੇ, ਇਹੋ ਪੰਚਾਇਤੀ ਤਰੀਕਾ ਹੈ। ਬਾਅਦ ਦੇ ਵਿੱਚ ਜਿਵੇਂ ਮੈਂਗਲ ਚਾਹੂਗਾ ਆਪੇ ਕਰ ਲੂ। ਆਪਾਂ ਇਸ ਤੋਂ ਖੜੇ ਪੈਰ ਫੈਸਲਾ ਕਿਉਂ ਮੰਗੀਏ, ਦਿਲ ਕਰੂ ਆਪਣੀਆਂ ਦੋ ਮੰਨੀਆਂ ਆਪੇ ਸੇਕ ਲੈ ਕਰੂ। ਜੇ ਕਿਧਰੋਂ ਵਿਚਾਰੇ ਨੂੰ ਦੋ ਰੋਟੀਆਂ ਇੱਜ਼ਤ ਮਾਣ ਨਾਲ ਕਿਧਰੋਂ ਮਿਲ ਗਈਆਂ ਤਾਂ ਆਪੇ ਉੱਧਰ ਹੋ ਜੂ। ਜਿਵੇਂ ਵਕਤ ਹੋਊ ਵਿਚਾਰ ਲੂ।
ਜਿਹੋ ਜਿਹੀ ਹਵਾ ਹੋਊ ਉਹੋ ਜਿਹਾ ਕਰ ਲੂ। ਇੱਕ ਵਾਰੀ ਤਾਂ ਆਪਾਂ ਦੂਜੇ ਭਰਾਵਾਂ ਦੇ ਬਰਾਬਰ ਦਾ ਕਰੀਏ। ਮੇਰੀ ਵੀ ਇੱਕ ਗੱਲ ਸੁਣ ਲਓ ਪੰਚਾਇਤੇ, ਪੰਚਾਇਤ ਮਾਪੇ ਹੁੰਦੀ ਆ, ਤੁਸੀਂ ਮੇਰੇ ਮਾਪੇ, ਛੋਟੇ ਵੱਡੇ ਦੀ ਲਾਜ ਆ, ਪਰ ਸੱਚ ਦੀ ਸ਼ਰਮ ਕਾਹਦੀ? ਸ਼ਰਮ ਵਿੱਚ ਸ਼ਰਮ ਨਹੀਂ, ਮਹਿੰਗਲ ਦੀ ਜ਼ਮੀਨ ਜਾਓ ਮਹਿੰਗਲ ਦੀ ਲਾਦ ਨੂੰ। ਉਹ ਦਿਖਦਾ ਵੱਡੇ ਮਹਾਰਾਜ ਦਾ ਝੰਡਾ, ਜੇ ਤਾਂ ਇਹ ਜਵਾਕ ਇਹਦਾ ਇਹਨੂੰ ਗੋਦੀ ਚੱਕੇ, ਨਹੀਂ ਤਾਂ